ਕੀ ਹਾਲ ਚਾਲ ਜੀ? ਸਾਰਿਆਂ ਨੂੰ ਠੀਕ ਹੋ? ਅੱਜ ਜਨਾਬ ਜਾ ਰਿਹਾ ਫਾਰਮ 'ਤੇ ਅਤੇ ਸ਼ੇਰਾ ਜਿਹੜਾ ਹੈਗਾ ਨਾ ਉਹ ਜਨਾਬ ਇਸ ਟਾਈਮ ਉਹ ਸੱਤਾ ਹੁੰਦਾ ਅੰਦਰ ਹਵੇਲੀ ਦੇ, ਅਤੇ ਮਾਲ ਜਿਹੜਾ ਉਹ ਬਾਹਰ ਬਗੀਚਾ ਹੁੰਦਾ, ਮਤਲਬ ਕਿ ਜਿਹੜਾ ਮਾਲ ਡੰਗਰ ਉਹ ਬਾਹਰ ਬੰਨਿਆ ਹੁੰਦਾ ਅਤੇ ਉਹ ਆਪ ਹਵੇਲੀ ਦੇ ਅੰਦਰ ਸੁੱਤਾ ਵੀ ਹੁੰਦਾ ਪੱਖੇ ਦੇ ਥੱਲੇ। ਉਹਨੂੰ ਬੜੀ ਵਾਰ ਸਮਝਾਇਆ ਕਿ ਤੂੰ ਨਾ ਬਾਹਰ ਸੋਇਆ ਕਰ, ਮਾਲ ਕਰੋ ਅੰਦਰ ਨਾ ਸੋਇਆ ਕਰ, ਅਤੇ ਉਹਨੂੰ ਅਸਰ ਨਹੀਂ ਜਨਾਬ ਹੁੰਦਾ। ਹਾਂਜੀ, ਬੰਦਾ ਆਪਣਾ ਪਿਆ ਸੁੱਤਾ, ਉਹਨੂੰ 100 ਵਾਰ ਸਮਝਾਇਆ ਵੀ ਤੂੰ ਬਾਹਰ ਪਿਆ ਕਰ, ਆ ਮਾਲ ਜਨਾਬ ਬਾਹਰ ਬਗੀਚਾ ਆਇਆ ਅਤੇ ਉਹ ਅੰਦਰ ਪਿਆ ਆਪ, ਇਹਦਾ ਕੋਈ ਹਿਸਾਬ ਲਾਈਏ, ਅੰਦਰ ਆ ਸੁੱਤਾ ਪੱਖਾ ਚਲਾ ਕੇ। ਉਹਨੂੰ ਬਿਠਾਓ, ਚੱਲ ਕੇ ਉਹਨੂੰ ਬਿਠਾ ਕੇ ਲਿਆਓ ਵੀ ਚੱਲ ਆਣ ਕੇ ਡੰਗਰਾਂ ਨੂੰ ਪਾਣੀ ਦਾ ਪਿਆ, ਤਸੀਆਂ ਸਵੇਰ ਦੇਖ ਲਈਆਂ, ਇਹਨਾਂ ਨੂੰ ਪਾਣੀ ਨਹੀਂ ਪਿਆਇਆ ਉਹਨੇ। ਮੈਂ ਕਹਿੰਦਾ ਵੀ ਆਪਾਂ ਨਾ ਇਹ ਖੋਲ ਜੀਏ ਇੱਥੋਂ ਇੱਕ ਗਾਂ ਜਾਂ ਵੈੜ, ਉਹਨੂੰ ਪਾਸੇ ਕਰੀਏ ਅਤੇ ਇਹਨੂੰ ਸੁੱਟੀਏ ਦੋ, ਹੈਂ ਫਿਰ ਉਹਨੂੰ ਆਖਾਂਗੇ ਵੀ ਲਾਭੇ ਨਾ, ਫਿਰ ਸੁੱਤਰ ਹੋਏਗਾ, ਬਾਹਰ ਸੁੱਤਾ ਦਾ ਪਤਾ ਲੱਗ ਜਾਵੇ। ਅਤੇ ਜਨਾਬ ਕਰਨੇ ਮੇਰਾ ਪ੍ਰੈਂਕ, ਇਹਨੂੰ ਠਾਣੇ ਆਉਣਾ ਵੀ ਪਾਣੀ ਪਿਆ ਲਿਆ ਕੇ ਆ, ਉਰਾ ਗਾਂ ਦਾ ਫਾਰੀ ਕਿਹੜੀ ਖੋਲਣੀ ਪੂਰਾ। ਚੰਗੀ ਜੀ ਸਾਊ ਜੀ ਜਿਹੜੀ ਹੋਵੇ, ਜਿਹੜੇ ਆਪਾਂ ਨੂੰ ਕੁਛ ਨਾ ਕਹੇ, ਹਾਂ ਹਾਂਜੀ, ਮਾਰਦੀ ਨਹੀਂ ਨਹੀਂ ਇਹਨੂੰ ਨਹੀਂ ਖੋਲਣਾ, ਉਹ ਵੈੜ ਖੋਲੀਏ, ਭਰਜਾਈ ਮੇਰੀ ਵੀ ਜਾ ਰਹੀ ਹੈ, ਉਹ ਨੀ ਬਣੀਂਦੀ ਹੈ, ਕਿਹੜੇ ਖੋਲੀਏ ਹੈ, ਚਲੋ ਇਹਨਾਂ ਸਾਰਿਆਂ ਚ ਇਹ ਪਸੰਦ ਆਈ, ਇਹਨੂੰ ਖੋਲ ਲੈ ਨਹੀਂ ਤੂੰ ਨਾ ਇਹਨੂੰ ਖੋਲ ਕੇ ਲਿਆ ਇੱਥੇ ਬੰਨਣੇ ਆ, ਫਿਰ ਉਹਨੂੰ ਜੱਗ ਉਠਾਉਣੇ ਆ, ਵਿਆਹ ਖੋਲ ਕੇ ਲਿਆ, ਨਹੀਂ ਨਹੀਂ ਕੋਈ ਨਹੀਂ 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 ਖੈਰ ਕਰੇਗਾ, ਜਾਂ ਤਾਂ ਬੰਦਾ ਸੂਤਰ ਹੋਏਗਾ ਹੈ, ਮੈਂ ਕਹਿੰਦਾ ਧੂੜ ਪਾੜ ਦਿਆਂਗੇ, ਉਹ ਇਸੇ ਕੰਮ ਵਾਸਤੇ ਆਈ ਸੀ, ਲੈ ਕੇ ਜਾ ਰਹੇ ਜਨਾਬ ਨਾਲ। ਡਰੀਆਂ ਖਲੋਤੀ ਫਿਲਹਾਲ ਖਜੂਰ ਵਾਲੇ ਲੈ ਜਾਣਾ, ਬੜੀ ਸਾਊ ਗਾਂ ਆਪੇ ਜਾਂਦੀ ਵੀ ਇੱਥੇ ਨੂੰ ਬੰਨ ਦੇ ਸੂ, ਨਹੀਂ ਨਹੀਂ ਥੱਲੇ ਕਰਕੇ ਬੰਨ ਨਾ, ਆਹ ਵੇਖੀ ਇੱਥੇ ਇੱਥੇ ਮੌਲਾ ਵੀ ਆ ਰਿਹਾ ਦੋ ਦਿਨ, ਇੱਥੇ ਕਿਸੇ ਸ਼ਹਿਰ ਨਾਲ ਬੰਨ ਦੇ ਇਹਨਾਂ ਸੱਚੀ ਮੁੱਚੀ ਖੁੱਲੀ ਪਵੇ, ਮੁੰਡਾ ਸਾਊ ਹੈ, ਕਿਹੜਾ ਕੰਮ ਮੰਗਾ ਪਾਇਆ, ਕਿਹੜੇ ਕੰਮ ਨੂੰ ਲੱਗ ਪਏ, ਵਾਹ ਕੰਮ ਮੰਗਾ ਪਾਇਆ, ਹਾਂ ਇੱਥੇ ਪੱਕੀ ਬਣੀ ਹੋ ਨਾ, ਇਹਨਾਂ ਪੈ ਆਈਏ ਤਾਂ ਗਾਂ ਇੱਥੇ ਦਰਜ ਆਪਣੇ ਕਮਾਨ ਬੋਟਾ ਪਾਣੀ, ਚਲੋ ਪ੍ਰੈਂਕ ਹੋ ਜਾਏਗਾ ਫਿਰ, ਚਲੋ ਆਓ ਉਹਨਾਂ ਨੂੰ ਜ਼ਰਾ ਉਠਾਣੇ ਆ।
ਤੇ ਪਾਣੀ ਪੂਣੀ ਪਿਆ ਮਾਲ ਨੂੰ ਪੰਜਾਬੀ ਮੁੰਡੇ ਇੱਥੇ ਅੰਦਰ ਪਈ ਹੋਈ ਆਪਣਾ ਦਾਂਗ ਜੀ ਫੜੋ ਧਿਆਨ ਨਾਲੇ ਸੁੱਤਾ ਪਿਆ ਦੇਖੋ ਤਿੰਨ ਢਾਈ ਢਾਈ ਦਾ ਟਾਈਮ ਹੈ ਸੁੱਤਾ ਪਿਆ ਸਿਰ ਆਇਆ ਹਾਂ ਸੁੱਤਾ ਪਿਆ ਹੈ ਨਾ ਗੱਲ ਕਿਉਂ ਡਰਾਉਣਾ ਪਿਆ ਤੇ ਆਪਣਾ ਰੋਟੀ ਆਈ ਵੀ ਤੇਰੀ ਰੋਟੀ ਖਾ ਲਾ ਤੇ ਮਾਲ ਨੂੰ ਪਾਣੀ ਪਿਆ ਹੀ ਪਿਆਣਾ ਜੀ ਹੈਂ ਤੁਹਾਡਾ ਇੰਤਜ਼ਾਰ ਕਰਦਾ 10 ਮਿੰਟ ਹੋਇਆ ਨਾ ਕੀ ਸੁੱਤਾ ਪਿਆ ਹੁਣ ਬਾਹਰੋਂ ਆਇਆ ਹੁਣ ਆਇਆ ਬਾਹਰੋਂ ਹਾਂਜੀ 10 ਕੁ ਮਿੰਟ ਹੋਇਆ ਤੇ ਚਲਾਓ ਨਾ ਮੇਰੇ ਵੀਰ ਪਾਣੀ ਤੇ ਪੂਣੀ ਦੇ ਪਿਓ ਮਾਲ ਨੂੰ ਤਿੰਨ ਵਜੇ ਨਾਲ ਹੋ ਗਏ ਨੇ ਟਾਈਮ 3 ਵਜ ਗਏ ਤੂੰ ਤਾਂ ਸੁੱਤਾ ਪਿਆ ਇੰਨਾ ਘੰਟਾ ਦਾ ਸੁੱਤਾ ਪਿਆ ਆ ਫਿਰ 10 ਮਿੰਟ ਮਾ ਪਹਿਲੇ ਆ ਚਲੋ ਕੋਈ ਨੀ ਬੰਦਾ ਨੱਖ ਲੱਗ ਹੀ ਜਾਂਦੀ ਤੇ ਤੈਨੂੰ ਕਿੰਨੀ ਵਾਰੀ ਕਿਹਾ ਬਾਹਰ ਪਿਆ ਕਰ ਮਾਲ ਕਰ ਅੰਦਰ ਨਾ ਪਿਆ ਕਰ ਫਿਰ ਅੰਦਰ ਪਿਆ ਵੇਖੇ ਨਾ ਪੱਖਾ ਚੱਲਦਾ ਪਿਆ ਜਨਾਬ ਬੜੇ ਥੱਲੇ ਪੈ ਨੇ ਬੜੇ ਸਕੂਨ ਨਾਲ ਨਹੀਂ ਤੈਨੂੰ ਕਿੰਨੀ ਵਾਰੀ ਕਿਹਾ ਵੀ ਇੱਥੇ ਬਾਹਰ ਮਾਲ ਕੋਲ ਪਿਆ ਕਰ ਅੰਦਰ ਨਾ ਪਿਆ ਕਰ ਯਾਰ ਪੱਠੇ ਭਾਵੇਂ ਤੂੰ ਪਾਏ ਨੇ ਲੇਕਿਨ ਬਾਹਰ ਮੰਜੀ ਤਾਂ ਮਾਲ ਕੋਲ ਡਾ ਲਿਆ ਕਰਨਾ ਹੈ ਤੂੰ ਅੰਦਰ ਪਿਆ ਮਾਲ ਤੇਰਾ ਬਾਹਰ ਜਨਾਬ ਵੇਖੋ ਵਿਹਲੀ ਵਿਹਲੀ ਏ ਇੱਥੇ ਮੰਜੇ ਡਾ ਕੇ ਪਿਆ ਪੱਖਾ ਚਲਾ ਚਲੋ ਮਾਲ ਨੂੰ ਪਾਣੀ ਪੂਣੀ ਪਿਆਓ ਰੋਟੀ ਤੇਰੇ ਨਾਲ ਟੰਗੀਚੀ ਹੋਈ ਹੈ ਤੇ ਰੋਟੀ ਆਪਣਾ ਆ ਕੇ ਖਾ ਮਾਲ ਨੂੰ ਪਾਣੀ ਪਿਆ ਸ਼ੇਰਾ ਜਨਾਬ ਮਾਲ ਨੂੰ ਪਾਣੀ ਪਿਆ ਇਹ ਜੀ ਜਨਾਬ ਬੰਦਾ ਸੁੱਤਾ ਪਿਆ ਸੀ ਹਾਂ ਪੱਖਾ ਲਾ ਕੇ ਇਹਨੂੰ ਕਿੰਨੀ ਵਾਰੀ ਕਿਹਾ ਵੀ ਮਾਲ ਤੇਰਾ ਬਾਹਰ ਏ ਤੇ ਤੂੰ ਬਾਹਰ ਪਿਆ ਕਰ ਮਾਲ ਵੇਲਾ ਤੇਰੇ ਲਵਿਆਂ ਦਾ ਪਿਆ ਚਾਬੀ ਲਿਆ ਟੂਲ ਦੇ ਟੂਲ ਚਲਾ ਹਾਂ ਲਿਆਂਦੀ ਨੂੰ ਚਾਬੀ ਬੱਤੀ ਚਲੇ ਗਈ ਚਲੋ ਆਪਣਾ ਪੈਂਪ ਲਾਓ ਖਾਡੇ ਚ ਆ ਤੇ ਪਿਆਓ ਪਾਣੀ ਪਿਆਓ ਜਲਦੀ ਕਰੋ ਪੈਂਪ ਬੜੇ ਤਰੀਕੇ ਨਾਲ ਲਾ ਰਿਹਾ ਵਿਹਲੀ ਚ ਲਾ ਰਿਹਾ ਤੂੰ ਪੜਾ ਜਿਸ ਤੋਂ ਬੱਤੀ ਗਈ ਪਾਣੀ ਪਿਆ ਲਵੇ ਪਾਣੀ ਪਿਆ ਲਿਆ ਕਰ ਨੀਂਦਰ ਵੀ ਜ਼ਰੂਰੀ ਹੈ ਨਾ ਬਾਲਟੀ ਲੈਣ ਗਿਆ ਤੇ ਪਤਾ ਨੂੰ ਇੱਦਾਂ ਨੀ ਚੱਲੇ ਕੋਈ ਗਾਂਹ ਖੁੱਲੀ ਹੋਈ ਹੈ ਕਿੱਡਾ ਫਰਮਾ ਬਰਦਾ ਇਹਨਾਂ ਮੈਂ ਕਿਹਾ ਇੱਥੇ ਨਾ ਮੰਜੀ ਡਾਹ ਲਿਆ ਕਰ ਇਸ ਜਗ੍ਹਾ ਤੇ ਇੱਥੇ ਪਿਆ ਰਿਹਾ ਕਰ ਭਾਵੇਂ ਸੋਹਣਾ ਸੌਂ ਹੀ ਆਈ ਇਹਨੂੰ ਗਾਂਹ ਕੋਈ ਪਤਾ ਨੀ ਲੰਮਿਆ ਕਰਨਾ ਪਿਆ ਹਾਂ ਚੁੱਪ ਰੱਖੀ ਭਲਾ ਇੰਜ ਨੀ ਬਾਹਾਂ ਮੋਢਿਆਂ ਤੇ ਰੱਖਣਾ
ਚੁੱਪ ਕਰਾਉਣ ਆ ਗਏ ਥੋੜਾ ਸੀਰੀਅਸ ਜਾਏ ਪਾਣੀ ਭਰੀਚ ਗਿਆ ਸਿਰ ਖੁਰਕਦਾ ਸਿਰ ਖੁਰਕਦਾ ਉਹਨੂੰ ਵੀ ਪਤਾ ਲੱਗੇ ਤੇ ਚਮਾਕਣ ਨੂੰ ਬੁਲਾਉਂਦਾ ਕੀ ਹੈ ਤੈਨੂੰ ਕਿੰਨੀ ਵਾਰੀ ਦਿੱਤੀ ਬਾਹਰ ਬਾਗੋ ਪਿਆ ਕਰ ਅੰਦਰ ਅੰਦਰ ਚਲਾ ਗਿਆ ਸੀ ਤੇ ਮੈਂ 10 ਮਿੰਟ ਤੁਹਾਡਾ ਇੰਤਜ਼ਾਰ ਕਰਦਾ ਰੋਟੀ ਆ ਗਈ ਖਾਦ ਫਿਰ ਪਾਣੀ ਪਿਆਵਾਂਗਾ ਤੇ ਤੂੰ ਸੌ ਗਿਆ ਮੈਂ 10 ਮਿੰਟ ਚਲਾ ਹਾਂ ਤਨ ਮਜਬੂਰ ਦਿੰਦਾ ਪਿਆ ਤਾਂ ਬੂ ਆ ਗਿਆ ਲੱਗ ਲੱਗ ਲੱਗਾ ਬੰਜਾ ਆ ਸੀ ਗਾਹ ਦੇ ਤਰ ਨਜ਼ਰ ਨਹੀਂ ਆਈ ਪਤਾ ਕੌਣ ਲੈ ਗਿਆ ਜੀ ਅਗਰ ਟੋਰ ਕੇ ਹੋ ਕਿਵੇਂ ਪੋਲੀ ਕਿੱਧਰ ਕਿੱਧਰ ਗਈ ਗਾਣਾ ਬਗੈਰ ਤਾਂ ਇਹਨੂੰ ਪਤਾ ਲੱਗ ਗਿਆ ਨਾ ਮਾਲਕਾਂ ਨੂੰ ਤੈਨੂੰ ਪਤਾ ਫਿਰ ਕੀ ਸਲੋਕ ਹੋਣਾ ਐਵੇਂ ਹੈ ਨਾ ਤੁਸੀਂ ਉੱਧਰ ਵੇਖੋ ਨਾ ਤੁਸੀਂ ਪਰਲੇ ਸਾਈਡ ਤੇ ਵੇਖੋ ਤੁਸੀਂ ਵੀ ਮਗਰ ਲਗੇ ਆਂਦੇ ਇਹ ਤਾਂ ਸਰ ਜੀ ਗਾਂ ਨਹੀਂ ਹੈ ਜੀ ਪਤਾ ਨਹੀਂ ਕਿੱਧਰ ਗਈ ਚਲੇ ਗਏ ਮੈਂ ਟੋਲਾ ਉਗੜਾ ਆ ਤੈਨੂੰ ਪਤਾ ਸਾਰੀ ਜਗ੍ਹਾ ਕਿੱਥੇ ਬੰਦਾ ਆ ਕੇ ਛੁੱਟੀ ਕਰੇ ਗਾਂ ਜਲਦੀ ਆ ਜਲਦੀ ਆ ਜਲਦੀ ਆ ਟੁਰ ਕੇ ਆ ਬੰਦਾ 5 ਲੱਖ ਰੁਪਏ ਤੇ ਛੁੱਟੀ ਜਾਂਦੀ ਹੁੰਦੀ ਹੈ ਇਹ 5 ਲੱਖ ਲੈ ਲੈ ਤੋ ਫਿਰ ਬਣ ਦੇ ਵੀ ਦੀ ਬਣ ਦੇ ਨਹੀਂ ਨਹੀਂ ਸਹੀ ਹੈ ਇਹਨੂੰ ਪੜਾ ਛੰਨ ਨਹੀਂ ਹੈਗੇ ਜੜੀ ਵੀ ਇਹ 4-5 ਲੱਖ ਰੁਪਏ ਤੇਰੇ ਪੇਟੇ ਪੈ ਜਾਣਾ ਇਹ ਹਿਸਾਬ ਲਾ ਲਵੀ ਸੁੱਤਾ ਪਿਆ ਅੰਦਰ ਨਵਾਬ ਦਾ ਸੁੱਤਾ ਪਿਆ ਅੰਦਰ ਕਿੱਧਰ ਨੂੰ ਇਹ ਸਾਈਡ ਨੂੰ ਮੈਂ ਇੱਧਰ ਹੁੰਦੇ ਨਜ਼ਰ ਆ ਜਾਣੀ ਸੀ ਯਾਰ ਨਹੀਂ ਕੋਈ ਨਹੀਂ ਇਹ ਜਾਫਰ ਨੂੰ ਬਾਹਰ ਲਿਆਈ ਸੂ ਤੁਸੀਂ ਗਾਂ ਦਾ ਨਹੀਂ ਵੇਖੀ ਇਹ ਅੰਦਰ ਸੁੱਤਾ ਪਿਆ ਤੇ ਗਾਂ ਬਾਹਰ ਹੈਗੀ ਨਹੀਂ ਉਹ ਪਰੇਸ਼ਾਨ ਪਰੇਸ਼ਾਨ ਭਾਈ ਕਹਿੰਦਾ ਮੋਟਰਸਾਈਕਲ ਲਵਾ ਕੇ ਜਾਣ ਗਈ ਲਾਲਾ ਹੀ ਬੰਦਾ ਪਰੇਸ਼ਾਨ ਸੀ ਮਜ਼ਾਕ ਕਰ ਮੋਟਰਸਾਈਕਲ ਲੈ ਕੇ ਅੱਗੇ ਨਹੀਂ ਹੈਗੀ ਹੁਣ ਫਿਰ ਕਿਤੇ ਖੋਲ ਹੀ ਨਾ ਗਈ ਹੋਵੇ ਜਾਂ ਕੋਈ ਖੋਲ ਕੇ ਉਧਰ ਨੂੰ ਵੇਖਣ ਦੇ ਨਾ ਇੱਧਰ ਨਹੀਂ ਹੈਗੀ ਇੱਧਰ ਹੁੰਦੇ ਨਜ਼ਰ ਆਏ ਉਧਰ ਨੂੰ ਵੇਖ ਇੱਧਰ ਆ ਜਲਦੀ ਆ ਭੱਜ ਗਿਆ ਇਹ ਸ਼ੇਰਾ ਸਾਹਿਬ ਤੁਹਾਡੇ ਪੇਟੇ ਪੈ ਜਾਣੀ ਫਿਰ ਨਾ ਕਿਆ ਜੀ ਨਹੀਂ ਉਹ ਜ਼ਿੰਮੇਦਾਰ ਤੁਸੀਂ ਜੇ ਹੈ ਜ਼ਿੰਮੇਦਾਰ ਤੁਸੀਂ ਜੇ ਨਾ ਹਾਂਜੀ
ਤੁਹਾਡੇ ਸਾਰਾ ਛੱਡ ਕੇ ਜਾਏਗਾ। ਅੱਜ ਨੂੰ ਨਵਾਂ ਟਰੱਕ ਦਾ ਸੈੱਟ ਲਿਆ ਕੇ ਦਿੱਤਾ ਤੇ ਜਨਾਬ ਅੰਦਰ ਸੁੱਤੇ ਪਏ ਨੇ, ਮਾਲ ਬਾਹਰ ਹੈ ਅੰਦਰ ਆਪ ਅੰਦਰ ਸੁੱਤੇ ਪਏ ਨੇ। ਇੱਕ ਤਾਂ ਖੋਲ ਕੇ ਨਾ ਆ ਗਈ ਹੋਵੇ, ਖੁਰਾ ਛੁਰਾ ਵੇਖੋ ਅਜੇ ਇੱਧਰ ਵੇਖ ਸ਼ੇਰੂ ਇਹ ਗਾਂ ਦਾ ਨੀ ਖੁਰਾ। ਹਾਂਜੀ ਖੁਰੇ ਇੱਧਰ ਤਾਂ ਲੱਗੇ ਨੇ, ਤੇਰਾ ਭਲਾ ਆ ਜਾ। ਇਕੱਲੀ ਖੁੱਲੀ ਕਿ ਬੰਦਾ ਸੀ ਨਾਲ ਕੋਈ ਬੰਦਾ ਹੈਗਾ? ਭੱਜ ਗਿਓ ਭੱਜ ਗਿਓ, ਕਿੱਥੇ ਕਿੱਥੇ ਭੱਜ ਗਿਓ, ਫੜਸੂ ਨੂੰ ਫੜਸੂ ਨੂੰ ਮਗਰ ਲਾ ਗੋ ਮੰਡ ਆਪਣੇ ਚਾੜ ਸਕਦੇ, ਮਗਰ ਲਾ ਮਗਰ ਲਾ ਕੇ ਮਗਰ ਲਾ ਭੱਜ ਕਿਉ ਭੱਜ ਕਿਉ ਨਿਕਲ ਲੈਣਾ ਪੈਦਲ ਹੀ ਸੀ ਕੱਲਾ ਜਾਣਾ ਸੀ ਕਿੱਥੇ ਨਜ਼ਰ ਆਉਣਾ ਪਿਆ? ਚੱਲ ਧਿਆਨ ਨਾਲ ਚੱਲ ਧਿਆਨ ਨਾਲ ਮੋਟਰਸਾਈਕਲ ਲੈ ਕੇ ਮੋਟਰਸਾਈਕਲ ਪਿੱਛੇ ਖਲੋਤਾ ਅਲਾ ਅਲਾ ਫੜੀ ਇਹਨੂੰ ਹਲੋ ਆ ਫੜੀ ਸੂ ਇਹਨੂੰ ਵੇਖ ਲੋ ਇਹ ਤਾਂ ਮਾੜੀ ਗੱਲ ਹੈ ਨਾ ਇੱਧਰ ਆ ਗਾਂ ਬੰਨ ਚੰਗਾ ਜ਼ਿੰਮੇਦਾਰ ਬੰਦਾ ਸ਼ੇਰ ਹੈ ਵੈਸੇ ਤੂੰ ਇਹ ਤਾਂ ਹੁਣੀ ਕਿਸਮਤ ਨੂੰ ਵੇਖ ਲਾ ਕਾਬੂ ਆ ਗਈ ਏ ਖੁਰਾ ਲੱਭ ਲਾ ਟਾਈਮ ਤੇ ਹੈ ਹੋਏ ਹੋਏ ਭਜਾ ਮਾਰੇ ਕਿਉਂ ਮਲਕ ਸਾਹਿਬ ਇਹਦਾ ਹੁਣ ਕੀ ਹਾਲ ਹੈ? ਡਾਂਗ ਫੇਰੇ ਉੱਥੇ ਇਹਨੂੰ ਵੇਲੇ ਪਹੁੰਚ ਲੈਂਦੇ ਹਾਂ ਤਸ਼ਤੀਸ਼ ਕਰਨਾ ਵੇਲੇ ਹੀ ਪਹੁੰਚ ਲੈਂਦੇ ਆਹ ਫੜ ਗਾਂ ਨੂੰ ਬੰਨ ਲਾ ਹੋਣੀ ਕਿਸਮਤ ਨੂੰ ਲਾਲਾ ਲੱਭ ਗਈ ਏ ਲਾਲਾ ਹੀ ਲੱਭ ਗਈ ਏ ਹਾਂ ਤੂੰ ਕਿੱਧਰ ਗਿਆ ਮੈਂ ਇੱਥੇ ਸਾ ਚੁੱਪ ਕਰ ਹੁਣ ਅੱਛਾ ਉਹਨੇ ਨਾ ਪਤਾ ਅੱਛਾ ਭੱਜਿਆ ਬੜਾ ਡਿੰਗਾ ਪਾਣੀ ਪਿਆਰਾ ਤਫਤੀਸ਼ ਕਰਨੇ ਪੱਕੇ ਗੈਂਗ ਰੋਣਾ ਦਾ ਮੂੰਹ ਹੈ ਪਿਉਂ ਦਾ ਸਾਰਾ ਵੱਡੇ ਸਾਹਿਬ ਜੀ ਨੂੰ ਦੱਸਿਆ ਜੀ ਤਿੰਨਾਂ ਦਿਨ ਪੈਣਾ ਸੀ 4 ਲੱਖ ਰੁਪਇਆ ਹੈ 4 ਲੱਖ ਰੁਪਇਆ ਤੈਨੂੰ ਪੈਣਾ ਸੀ ਇਹ ਹਿਸਾਬ ਹਾਂਜੀ ਇਹ ਤੇਰੀ ਸਾਰੀ ਲਾਪਰਵਾਹੀ ਹੈ ਐਵੇਂ ਹੀ ਹੁਣ ਕੀ ਸਲੂਕ ਕੀਤਾ ਜਾਵੇ ਤੇਰੇ ਨਾਲ ਮਾਫੀ ਦਿੱਤੀ ਜਾਵੇ ਮਾਫੀ ਹਾਂਜੀ ਕਿਸ ਗੱਲ ਦੀ ਮਾਫੀ ਇਹ ਵੀ ਦੱਸ ਆਗਾ ਤੂੰ ਮੈਂ ਆਗਾ ਤੂੰ ਉੱਥੇ ਅੰਦਰ ਨਹੀਂ ਸੌਂਦਾ ਬਾਹਰ ਸਾਵਾਂ ਦਾ ਮਗਾਵਾਂ ਸੌਣਾ ਕਰਨਾ ਚੰਗੀ ਗੱਲ ਹੈ ਮਾਲ ਤੇਰਾ ਬਾਹਰ ਬਣੀਚਾ ਹੈ ਪਿਆ ਤੂੰ ਤਾਂ ਸੁੱਤਾ ਪਿਆ ਨਹੀਂ ਉਹ ਵੱਡੇ ਸਾਹਿਬ ਨੂੰ ਨਾ ਦੱਸਿਆ ਪਤਾ ਨਾ ਲੱਗੇ ਮੈਂ ਆਗਾ ਬਾਹਰ ਰਵਾਂ ਕਿਹਨੂੰ ਵੱਡੇ ਸਾਹਿਬ ਨੂੰ ਨਾ ਦੱਸਿਆ ਜੇ ਆਗਾ ਮੈਂ ਬਾਹਰ ਰਵਾਂ ਵੱਡੇ ਸਾਹਿਬ ਨੂੰ ਨਾ ਦੱਸੀ ਹੁਣ ਵੇਖ ਲਾ ਅਸੀਂ ਨਾ ਨਾ ਦੱਸੀਏ ਹਾਂਜੀ ਇਹਦੇ ਕਿੰਨੇ ਬੰਦੇ ਨੇ ਐਵੇਂ ਹੀ ਹੈ ਨਾ ਕਿਸੇ ਇੱਕ ਨੇ ਦੱਸ ਹੀ ਦੇਣਾ ਨਾ
ਕਿਉਂ ਮਲਕ ਸਾਹਿਬ ਆਪਾਂ ਨਾ ਦੱਸੀਏ ਤੇ ਇੱਥੇ ਕਿੰਨੇ ਬੰਦੇ ਵੇਖਦੇ ਪਏ ਸੀ ਖਬਰ ਉਹਨਾਂ ਤੱਕ ਪਹੁੰਚ ਜਾਣੀ ਹੈ ਮਨਾ ਲਾ ਤੇ ਜੇ ਮੰਨ ਜਾਣ ਤਾਂ ਠੀਕ ਚੰਗੀ ਗੱਲ ਹੈ ਤੇਰੇ ਵਾਸਤੇ ਹੈ ਇਹ ਤੈਨੂੰ ਪਤਾ ਫਿਰ ਉਹਨਾਂ ਕੀ ਸਲੂਕ ਕਰਨਾ ਫਿਰ ਹੈ ਚਲੋ ਪਿਓ ਤੇ ਤੂੰ ਮਾਲ ਨੂੰ ਪਾਣੀ ਪਿਆ ਕੇ ਨਾ ਰੋਟੀ ਖਾ ਲਵੀ ਹੈ ਰੋਟੀ ਤਾਂ ਲੰਘਣੀ ਨਹੀਂ ਹੈਗੀ ਹੁਣ ਵੈਸੇ ਨਹੀਂ ਆਪ ਜਾਣਾ ਆਪ ਜਾ ਕੇ ਹੁਣ ਕਹਿ ਆਪ ਜਾ ਕੇ ਕਹਿ ਆ ਜਾਓ ਯਾਰ ਤੁਸੀਂ ਜੇ ਹੁੱਕਾ ਪੀਂਦਾ ਮੋਰ ਆ ਜਾ ਇੱਕ ਵਾਰੀ ਆ ਜਾ ਯਾਰ ਮਾਮ ਦੇ ਨੇ ਮਨਾਣੀ ਉਧਰ ਖੋਤਾ ਏ ਅੱਜ ਪਾਜ ਗਿਆ ਤੈਨੂੰ ਪਿੱਛੇ ਵਜੇ ਬੱਟਾ ਪੈਣਾ ਹੈ ਤੇ ਦੁੱਧ ਪੁੰਗ ਜਾਣੇ ਤਾਂ ਅੱਗੇ ਇੰਜ ਇੰਜ ਕਰ ਰਹਾ ਬਰਾਬਰ ਹੋ ਜਾਣਾ ਯਾਰ ਤੁਸੀਂ ਗਾਂ ਛੁੱਟੀ ਇੱਥੋਂ ਤੇ ਉਹ ਕਿਸੇ ਨੂੰ ਇਹਨਾਂ ਨੂੰ ਪਤਾ ਲੱਗਿਆ ਤੇ ਉਹ ਮੇਰੇ ਸਾਹਿਬ ਨੂੰ ਨਾ ਦੱਸਿਆ ਜੀ ਮੈਂ ਇਹਨੂੰ ਇਹ ਕਹਿ ਮੈਂ ਸਾਹਿਬ ਤੋਂ ਲਕਾਣ ਲਿਆ ਨਹੀਂ ਉਹ ਯਾਰ ਨਹੀਂ ਲਕਾਣ ਕੋਈ ਲਕਾਣ ਨਹੀਂ ਤੂੰ ਮੈਂ ਇਹਨੂੰ ਇਹ ਕਹਿ ਮੈਂ ਅਸੀਂ ਨਾ ਦੱਸੀਏ ਸੌ ਬੰਦਾ ਵੇਖਣ ਵਾਲਾ ਉਹਨੂੰ ਉੱਤੋਂ ਦੱਸ ਦੇਣ ਪਤਾ ਉਹਨੂੰ ਲੱਗ ਜਾਣਾ ਰਾਤ ਦੀ ਚੋਰੀ ਦਾ ਵੱਖਰੀ ਤੇ ਇਹ ਦਿਨ ਦੀ ਚੋਰੀ ਜਿਹੜੀ ਹੈ ਕਿਵੇਂ ਪੰਜੇ ਨੇ ਉਹ ਕਿਸੇ ਨੇ ਵੇਖੇ ਹੋਣੇ ਮਾਮਦੀ ਨੂੰ ਬੁਲਾ ਨੂੰ ਚਾਚੂ ਆਪਣਾ ਮਾਮਦੀ ਨਾਲ ਵੀ ਆ ਗਏ ਨੇ ਆਪੇ ਮਨਾ ਲਓ ਉਹ ਭਾਈ ਨੇ ਵੇਖਿਆ ਤੁਸੀਂ ਚੋਰੀ ਰਾਤ ਦੀ ਹੁੰਦੀ ਬੰਦਾ ਲਕਾ ਲੈਂਦਾ ਹੈ ਵੀਡੀਓ ਯਾਰ ਤੁਸੀਂ ਨਾ ਬਣਾਓ ਯਾਰ ਤੁਹਾਡੀ ਮੇਰ ਯਾਰ ਅਸੀਂ ਵੀਡੀਓ ਅੱਧ ਵਾਸਤੇ ਬਣਾਣੇ ਆ ਨਹੀਂ ਇਹ ਵੀਡੀਓ ਪਤਾ ਕਿ ਬੰਦੇ ਵੀ ਅਸੀਂ ਨਹੀਂ ਦੱਸਦੇ ਕੱਲ ਨੂੰ ਜੋ ਖੁੱਲ ਜਾਵੇ ਤੇ ਲੱਭੇ ਨਾ ਹੁਣ ਤੱਕ ਲੱਭ ਗਏ ਤੇ ਫਿਰ ਤੂੰ ਕਵੇ ਵੀ ਮੇਰੇ ਕੋਲ ਤਾਂ ਖੁੱਲੀ ਨਹੀਂ ਸੀ ਇਸ ਪਰ ਸਬੂਤ ਰੱਖਦੇ ਆ ਪਾਸੀ ਇਹ ਵੀਡੀਓ ਇਹ ਤਾਂ ਆ ਗਿਆ ਨਾ ਵੀ ਸੁੱਤਾ ਪਿਆ ਸੀ ਜਵਾਨ ਅੰਦਰ ਇਹ ਸਬੂਤ ਸਾਡੇ ਕੋਲ ਹੈ ਕੱਲ ਨੂੰ ਖੁੱਲੀ ਤੇ ਤੈਨੂੰ ਦੇ ਤੁਸੀਂ ਵੇਖੇ ਨੇ ਮੋਟਰਸਾਈਕਲ ਤੇ ਜਾਂਦੇ ਹਾਂਜੀ ਇਹ ਮਣਾਸਾ ਮਾਰਿਆ ਇਹਨੂੰ ਨੇ ਮਣਾਸਾ ਵਾਲਾ ਸੀ ਅਸੀਂ ਘਰ ਇਧਰੋਂ ਨਿਕਲੇ ਮੋਟਰਸਾਈਕਲ ਆਈਏ ਹਾਂ ਮੋਟਰਸਾਈਕਲ ਆਈਏ ਚੜ ਕੇ ਨਾ ਲੈ ਨਾ ਇੰਨੀ ਗਰਮੀ ਪੰਜਾਬ ਪੰਜਾਬ ਮਾਰਿਆ ਜਿੰਨੀ ਤੇਰੀ ਸਪੀਡ ਪਿੱਛੇ ਲੱਗ ਜਾ ਬੜੇ ਸਪੀਡ ਦੇ ਟਾਇਰ ਪੈਂਚਰ ਸੀ ਚਲੋ ਇੱਧਰ ਆ ਵੀ ਜ਼ਰਾ ਆਪਣੇ ਹੈਗੇ ਨੇ ਭਾਈ ਹਰੀ ਮੈਨੂੰ ਲੱਗਦਾ ਮੈਂ ਰਲਾ ਨਹੀਂ ਚੋਰਾਂ ਨਾਲ ਮੈਂ ਅੰਦਰ ਸੁੱਤਾ ਪਿਆਵਾਂਗਾ ਮੈਂ ਅੰਦਰ ਸੁੱਤਾ ਪਿਆਵਾਂਗਾ ਤੁਸੀਂ ਆ ਕੇ ਗਾਂ ਖੋਲ ਕੇ ਲੈ ਜਾ ਮੋਟਰਸਾਈਕਲ ਕੌਣ ਸੀ ਬਾਕੀ ਹੁਣ
ਅਗਾਂ ਤੁਸੀਂ ਅੱਧ ਪੱਕ ਰੱਖਿਆ ਜੀ, ਠੀਕ ਹੈ ਜੀ, ਅਗਾਂ ਤੋਂ ਕੋਈ ਉਹਨੂੰ ਕੋਈ ਸਾਫ਼ ਸੁਥਰਾ ਲੱਗ ਗਿਆ ਨਾ ਤੇ ਫਿਰ ਅਸੀਂ ਕੋਈ ਨਹੀਂ ਮੰਨਣਾ ਹੈਗਾ ਜੀ, ਠੀਕ ਹੈ। ਫਿਰ ਜਿਹੜਾ ਇਹਨੇ ਗੰਡਾਸਾ ਫੜਿਆ ਨਾ ਇਹਨਾਂ ਨੇ ਫਿਰ ਕਾਰਵਾਈ ਪੂਰੀ ਹੋਣੀ ਹੈ, ਠੀਕ ਹੈ। ਚਲੋ ਜੀ ਜਨਾਬ, ਬੰਦਾ ਨੂੰ ਮਨਾ ਲਿਆ ਤੇ ਹੁਣ ਤੂੰ ਅਗਾਂ ਤਾਂ ਮੰਜੀ ਇੱਥੇ ਡਾਹਣੀ ਕਰਨੀ ਬਾਹਰ, ਠੀਕ ਹੈ। ਜੇ ਤੇਰੀ ਮੰਜੀ ਮੰਦਰ ਵੇਖ ਲਈ ਫਿਰ ਤੂੰ ਜ਼ਿੰਮੇਦਾਰ ਆਪ ਹੋਵੇਂਗਾ, ਠੀਕ ਹੈ। ਲਓ ਜਨਾਬ, ਬੰਦਾ ਮੰਨ ਗਿਆ, ਉਹਨਾਂ ਦੀ ਮੰਜੀ ਬਾਹਰ ਹੀ ਹੋਵੇਗੀ ਇਨਸ਼ਾਅੱਲਾ ਅੱਗੇ ਤੋਂ, ਅਤੇ ਇੱਥੇ ਹੀ ਕਰਨਾ ਵਲੋਗ ਦਾ ਐਂਡ। ਉਮੀਦ ਕਰਦੇ ਹਾਂ ਆਪਕੋ ਅੱਛਾ ਲਗਾ ਹੋਗਾ ਚੋਰੀ ਵਾਲਾ ਵਲੋਗ, ਐਵੇਂ ਹੀ ਬੰਦੇ ਦੇ ਸਾਹ ਸੁੱਕੇ ਪੈਣੇ। ਅਤੇ ਚਲੋ ਹੁਣ ਫਿਰ ਤੁਸੀਂ ਪਾਣੀ ਪੂਣੀ ਪਿਆਓ ਅਤੇ ਮਾਲ ਬੰਨੋ, ਠੀਕ ਹੈ ਜਨਾਬ। ਚੱਲਦੇ ਹਾਂ, ਇੱਥੇ ਹੀ ਕਰਨੇ ਵਲੋਗ ਦਾ ਐਂਡ, ਆਪਕੇ ਸਾਥ ਮੁਲਾਕਾਤ ਹੋ ਗਈ ਇਨਸ਼ਾਅੱਲਾ ਕੋਈ ਅਗਲੇ ਸਪਰੈਂਗ ਵਿੱਚ, ਠੀਕ ਹਾਂ ਜੀ। ਅਤੇ ਤਬ ਤੱਕ ਲਈ ਅੱਲਾ ਹਾਫਿਸ, ਓਕੇ ਲਿਆ ਕੇ ਸਭ ਅੱਲਾ ਹਾਫਿਸ ਕਰਦੇ ਹਾਂ ਆਪ। ਹੈਂ ਕਿਹੜੀ ਗਾਂ ਦਾ ਇਸੇ ਗਾਂ ਰਸਾ ਕਿਵੇਂ ਟੁੱਟਿਆ ਟੁੱਟਿਆ ਤਾਂ ਪੁੱਛਣਾ ਟੁੱਟਾ ਕਿਵੇਂ ਤਾਂ ਪੁੱਛਣਾ, ਪਾਣੀ ਪਿਆ ਰਿਹਾ ਪਰ ਹੈ ਸ਼ੇਰਿਆ, ਇਹ ਗਾਂ ਦਾ ਰਸਾ ਕਿਵੇਂ ਟੁੱਟਿਆ ਹੈ ਹੈਂ, ਕਿੱਥੇ ਪੀੜੀਆਂ ਨੇ ਰਸਾ, ਫਿਰ ਤੂੰ ਬੰਨਾ ਤੇ ਭਾਵੇਂ ਫਿਰ ਖੋਲ ਜਾਵੇ, ਇਹਨੇ ਬੰਨਿਆ ਇਹ ਕਿੰਨੇ ਬੰਨੇ ਤੂੰ ਬੰਨੇ ਸਹੀ ਪੁੱਛ, ਇਹਨੇ ਬੰਨਾ ਮੈਂ ਬੰਨਿਆ ਤੂੰ ਮੈਂ ਹੀ ਆਵਣ ਮੈਂ ਬੰਨਿਆ ਰਸਾਂ ਦਾ ਬਦਲ, ਨਵਾਂ ਰਸਾ ਪਾ ਇਹਨੂੰ, ਉਹ ਅੰਦਰੋਂ ਨਵਾਂ ਦੇ ਰਸਾ ਬਦਲ ਲੈਂਦਾ।